ਕਿਹੜੇ ਪ੍ਰੇਮੀਆ ਵੱਲੋਂ ਬੇਸਬਰੀ ਦੇ ਨਾਲ ਉਡੀਕਿਆ ਜਾ ਰਿਹਾ ਟੋਕੀਓ 올림픽 ਦੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਅੱਜ ਬਾਦ ਦੁਪਹਿਰ 3:30 ਵਜੇ ਅਰਜנטיਨਾ ਦੇ ਨਾਲ ਹੋਵੇਗਾ ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫਾਈਨਲ ਵਿੱਚ ਪਹੁੰਚ ਕੇ ਇਤਿਹਾਸ ਰਚਾਈ ਭਾਰਤੀ ਮਹਿਲਾ ਹਾਕੀ ਟੀਮ ਵੱਲੋਂ ਆਸਟ੍ਰੇਲੀਆ ਨੂੰ ਹਰਾਉਣ ਤੋਂ ਬਾਅਦ ਦੇਸ਼ ਭਰ ਵਿੱਚ ਜਿੱਤੇ ਇੱਕ ਪਾਸੇ ਖੁਸ਼ੀ ਦਾ ਮਾਹੌਲ ਹੈ ਉਥੇ ਦੂਜੀ ਪਾਸੇ ਹਾਕੀ ਦੇ ਪੁਰਾਣੇ ਖਿਡਾਰੀਆਂ ਵਿੱਚ ਵੀ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ ਇਸ ਜਿੱਤ ਦੀ ਖੁਸ਼ੀ ਦਾ ਇਜ਼ਹਾਰ ਕਰਦੇ ਆਂ ਜਲੰਧਰ ਦੇ ਖੁਸਰੂਪੁਰ ਦੀ ਅਰਜੁਨਾ ਅਵਾਰਡੀ ਰਾਜਪੀਰ ਕੌਰ ਨੇ ਕਾਹ ਕਿ ਖਿਡਾਰੀਆਂ ਦੀ ਪਰਫਾਰਮੈਂਸ ਵਿੱਚ ਬਹੁਤ ਸੁਧਾਰ ਹੋਇਆ ਹੈ ਆਸਟ੍ਰੇਲੀਆ ਦੀ ਟੀਮ ਦੇ ਪੈਂਤੜਿਆਂ ਨੂੰ ਸਾਡੇ ਖਿਡਾਰੀ ناکਾਮ ਕਰਦੇ ਰਹੇ ਉਹਨਾਂ ਨੇ ਕਾਰਨਰ ਨੂੰ ਗੋਲ ਦੇ ਵਿੱਚ ਬਦਲ ਕੇ ਇਤਿਹਾਸ ਰਚ ਦਿੱਤਾ ਇਸ ਦੇ ਨਾਲ ਹੀ ਰਾਜਪੀਰ ਕੌਰ ਨੇ ਟੀਮ ਨੂੰ ਨਸੀਹਤ ਦਿੰਦਿਆਂ ਕਿਹਾ ਹੈ ਕਿ ਆਉਣ ਵਾਲੇ ਮੈਚ ਵਿੱਚ ਸਾਡੇ ਖਿਡਾਰੀਆਂ ਨੂੰ ਬਿਨਾਂ ਕਿਸੇ ਗਲਤੀ ਤੋਂ ਹਰ ਪੈਨਲਟੀ ਕਾਰਨਰ ਨੂੰ ਗੋਲ ਦੇ ਵਿੱਚ ਤਬਦੀਲ ਕਰਨਾ ਚਾਹੀਦਾ ਹੈ ਜਿਸ ਦੇ ਨਾਲ ਟੀਮ ਦਾ ਮੈਡਲ ਪੱਕਾ ਹੋ ਜਾਵੇਗਾ ਚਾਰ ਵਾਰ ਏਸ਼ੀਅਨ ਗੇਮਸ ਦੇ ਵਿੱਚ ਬੈਲਾ ਹਾਕੀ ਟੀਮ ਦੀ ਕਪਤਾਨ ਰਹੀ 골ਡਨ ਗਰਲ ਨੇ ਕਿ ਗੇਮ ਨੂੰ ਪਾਰਤੀ ਖਿਡਾਰੀਆਂ ਜਿੱਤ ਦੀ ਵਜ੍ਹਾ ਦਸੀ ਹੈ ਉਹਨਾਂ ਕਹਾਂ ਕਿ ਪਾਰਤੀ ਟੀਮ 올림픽 ਵਿੱਚ ਬਹੁਤ ਅੱਗੇ ਜਾ ਚੁੱਕੀ ਹੈ ਤੇ ਹੁਣ ਹਰ ਹਾਲਤ ਦੇ ਵਿੱਚ ਫਾਈਨਲ ਵਿੱਚ ਜਾਣਾ ਚਾਹੀਦਾ ਹੈ ਬਾਦ ਦੁਪਹਿਰ ਖੇਡਿਆ ਜਾਣ ਵਾਲਾ ਸੈਮੀਫਾਈਨਲ ਮੁਕਾਬਲਾ ਕਾਫੀ ਅਹਿਮ ਹੋਵੇਗਾ ਰਾਜਪੀਰ ਕੌਰ ਨੇ ਆਸ ਪ੍ਰਗਟ ਕੀਤੀ ਹੈ ਕਿ ਪਾਰਤੀ ਖਿਡਾਰੀਆਂ ਦੀ ਗੇਮ ਇਸੇ ਤਰ੍ਹਾਂ ਜਾਰੀ ਰਹੇਗੀ 골ਡਨ ਗਰਲ ਰਾਜਪੀਰ ਕੌਰ ਨੇ ਮੈਲਾ ਹਾਕੀ ਟੀਮ ਦੇ ਨਾਲ-ਨਾਲ ਪੁਰਸ਼ਾਂ ਦੀ ਟੀਮ ਨੂੰ ਵੀ ਜਿੱਤ ਦੇ ਲਈ ਢੇਰ ਸਾਰੀਆਂ ਸ਼ੁਭ ਕਾਮਨਾਵਾਂ ਮਾ ਦਿੱਤੀਆਂ ਨੇ ਜਾ ਦਿਨਰ ਪਹਿਲਾ ਮੈਚ ਜਿ ਸ਼ੁਰੂ ਕੀਤੇ ਸਾਨੂੰ ਲੱਗਦਾ ਸੀਗਾ ਵੀ ਟੀਮ ਦੇ ਵਿੱਚ ਬਹੁਤਾ ਦਮ ਨਹੀਂ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਮੈਚਸ ਹੋਏ ਗਏ ਔਰ ਟੀਮ ਸਾਡੀ ਕਾਫੀ ਫਾਰਮ ਦੇ ਵਿੱਚ ਆਈ ਗਈ ਔਰ ਬਹੁਤ ਚੰਗਾ ਹੋਇਆ ਵੀ ਜਿਹੜੀ ਸਾਡੀ ਟੀਮ ਨੇ ਸੈਮੀਫਾਈਨਲ ਨੂੰ ਕੁਆਲੀਫਾਈ ਕੀਤਾ ਬਸ ਹੀ ਸਾਡੀਆਂ ਗੁੱਡ ਵਿਸ਼ਸ ਜਿਹੜੀਆਂ ਸਾਡੀ ਦੋਨੋ ਟੀਮਸ ਦੇ ਨਾਲ ਆ ਮੈਂ ਔਰਤਾਂ ਹਾਕੀ ਵੀ men hockey ਵੀ ਦੋਨਾਂ ਦੇ ਨਾਲ ਆ 130 ਕਰੋੜ ਦੀ ਆਬਾਦੀ ਦੇ ਵਿੱਚ ਸਾਡੀਆਂ ਦੋਨੋਂ ਟੀਮਸ ਜਿਹੜੀਆਂ ਸਿਲੈਕਟ ਹੋ ਕੇ ਗਈਆਂ ਆ ਪਰਮਾਤਮਾ ਕਰੇ ਵੀ ਉਹ ਆਪਣਾ ਬੈਸਟ ਦੇਣ ਤੇ ਮੈਡਲ ਲੈ ਕੇ ਕੰਟਰੀ ਲਈ ਵਾਪਸ ਆਉਣ ਜਿਹਦੇ ਨਾਲ ਸਾਡੇ ਉਹਨਾਂ ਦੇ ਪੇਰੈਂਟਸ ਦਾ ਤਾਂ ਹੋਣਾ ਹੀ ਆ ਸਾਡੀ ਸਟੇਟ ਦਾ ਸਾਡੇ ਦੇਸ਼ ਦਾ ਜਿਹੜਾ ਝੰਡਾ ਉਹਨੂੰ ਬਲੰਦ ਕਰਨ ਜਿਕਰ ਹੋਇਆ ਕਿ ਜਲੰਧਰ ਦੀ ਰੈਡ ਵਾਲੀ ਰਾਜਪੀਰ ਕੌਰ ਨੇ 1982, 1986, 1990 ਅਤੇ 1994 ਦੇ ਵਿੱਚ ਏਸ਼ੀਅਨ ਗੇਮਸ ਦੌਰਾਨ ਪਾਰ티 ਮੈਲਾਹਾ ਕੀ ਟੀਮ ਦੀ ਕੈਪਟਨ ਰਹਿ ਚੁੱਕੀ ਹੈ